ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰ ਰਹੇ ਹਾਂ ਮਾਲਟਾ ਦੇ ਸਟੂਡੈਂਟ ਵੀਜ਼ੇ ਬਾਰੇ। ਜਿਵੇਂ ਤੁਸੀਂ ਜਾਣਦੇ ਹੋ ਕਿ ਕਾਫੀ ਜ਼ਿਆਦਾ ਇੰਡੀਆ ਦੇ ਵਿੱਚ ਜਿਹੜਾ ਕਿ ਸ਼ੈਨਿੰਗਨ ਵੀਜ਼ਾ ਲਗਾਉਣ ਦੇ ਲਈ ਲੋਕ ਲੱਖਾਂ ਰੁਪਏ ਦਿੰਦੇ ਆ, ਹੈ ਨਾ। ਸੋ ਆਪਾਂ ਇੱਕ ਜਿਹੜੀ ਸਕੀਮ ਹੈ ਉਹ ਹੈਗੀ ਆ ਮਾਲਟਾ ਦਾ ਸਟੂਡੈਂਟ ਵੀਜ਼ਾ, ਜਿਹਦੇ ਵਿੱਚ ਕਿ ਕਾਫੀ ਜ਼ਿਆਦਾ ਰਿਲੈਕਸੇਸ਼ਨ ਹੁੰਦੀ ਆ ਸਟੂਡੈਂਟਸ ਨੂੰ। ਜਿੱਦਾਂ ਕਿ ਇਹ ਨੇ ਰੱਜੀ ਜੀ ਨੇ ਇਹਨਾਂ ਦਾ ਜਿਹੜਾ ਵੀਜ਼ਾ ਅਸੀਂ ਲਗਵਾ ਕੇ ਦਿੱਤਾ ਮਾਲਟਾ ਦਾ ਸਟੂਡੈਂਟ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਇਹਨਾਂ ਦੀ ਐਜੂਕੇਸ਼ਨ ਦੇ ਕਰੀਅਰ ਬਾਰੇ। ਜਿਹੜੀ ਕਿ ਇਹਨਾਂ ਦੀ 10th ਸੀਗੀ, 10th ਤੋਂ ਪਲੱਸ 2 ਦੇ ਵਿੱਚ ਇਹਨਾਂ ਦਾ 5 ਸਾਲ ਦਾ ਜਿਹੜਾ ਗੈਪ ਸੀਗਾ, ਅਤੇ ਉਸ ਤੋਂ ਬਾਅਦ ਇਹਨਾਂ ਨੇ ਓਪਨ ਸਕੂਲ ਰਾਹੀਂ ਪਲੱਸ 2 ਕੀਤੀ ਸੀਗੀ। ਉਸ ਤੋਂ ਬਾਅਦ ਇਹਨਾਂ ਦਾ ਅਸੀਂ ਆਇਲਸ, ਇਹਨੇ ਪੀਟੀ ਕੀਤੀ ਸੀ ਬਟ ਜ਼ਿਆਦਾ ਸਕੋਰ ਨਾ ਹੋਣ ਕਰਕੇ ਅਸੀਂ ਉਹ ਨਾ ਐਡ ਕੀਤਾ। ਸੋ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਐਡਮਿਸ਼ਨ ਸੀਗੀ ਉਹ ਅਸੀਂ ਮਾਲਟਾ ਦੇ ਵਿੱਚ ਜਿਹੜਾ ਕਾਲਜ ਹੈ ਉਹਦੇ ਵਿੱਚ ਕਰਵਾ ਦਿੱਤੀ। ਉਸ ਤੋਂ ਬਾਅਦ ਜਿਹੜੀ ਉਹਦੀ ਫੀਸ ਸੀਗੀ ਕਾਲਜ ਦੀ ਉਹ ਸਾਰੀ ਅਸੀਂ ਆਫਟਰ ਵੀਜ਼ਾ ਲਈ ਹੈ, ਅਤੇ ਥੋੜ੍ਹੇ ਫੰਡ ਚਾਹੀਦੇ ਹੁੰਦੇ ਇਹਦੇ ਵਿੱਚ, ਕੋਈ ਜ਼ਿਆਦਾ ਪੁਰਾਣੇ ਫੰਡ ਦੀ ਜ਼ਰੂਰਤ ਨਹੀਂ ਹੁੰਦੀ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਜਿਹੜਾ ਵੀਜ਼ਾ ਹੈ ਮਾਲਟਾ ਦਾ ਲੱਗ ਕੇ ਆ ਚੁੱਕਿਆ। ਹੁਣ ਅਸੀਂ ਇਹਨਾਂ ਦੀ ਜਿਹੜੀ 1 ਸਾਲ ਦੀ ਫੀਸ ਹੈ ਉਹ ਪੇ ਕਰ ਰਹੇ ਹਾਂ, ਦੈਨ ਇਹ ਮਾਲਟਾ ਜਾ ਕੇ ਆਪਣੀ ਐਜੂਕੇਸ਼ਨ ਪੂਰੀ ਕਰ ਸਕਣਗੇ। ਇਹਨਾਂ ਦੇ ਹਸਬੈਂਡ ਵੀ ਨਾਲ ਨੇ, ਇਹਨਾਂ ਦਾ ਬੱਚਾ ਵੀ ਨਾਲ ਹੈ, ਸੋ ਮੈਰਿਡ ਨੇ। ਜੇਕਰ ਤੁਹਾਡੇ ਵੀ ਕੋਈ ਇੱਦਾਂ ਦੀ ਪ੍ਰੋਫਾਈਲ ਹੈ ਜਿਹੜੀਆਂ ਬਾਕੀ ਕੰਟਰੀਜ਼ ਤੋਂ ਰਿਫਿਊਜ਼ ਹੋ ਚੁੱਕੀ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਜਨਵਰੀ ਇਨਟੇਕ ਦੇ ਵਿੱਚ ਤੁਹਾਡਾ ਵੀਜ਼ਾ ਲਗਵਾ ਕੇ ਦੇਵਾਂਗੇ ਮਾਲਟਾ ਦਾ, ਜਿਹੜਾ ਕਿ ਸ਼ੈਨਿੰਗਨ ਵੀਜ਼ਾ ਹੁੰਦਾ ਵਾ। ਉੱਥੇ ਜਾ ਕੇ ਤੁਹਾਨੂੰ ਇੱਕ ਕਾਰਡ ਮਿਲ ਜਾਂਦਾ, ਦੈਨ ਤੁਸੀਂ ਸਾਰੇ ਸ਼ੈਨਿੰਗਨ ਵਿੱਚ ਆਪਣਾ ਘੁੰਮ ਫਿਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ। ਕੋਈ ਹੋਰ ਜਾਣਕਾਰੀ ਲੈਣੀ ਹੈ ਤੁਸੀਂ ਨੇ ਤਾਂ ਸਾਨੂੰ ਫੋਨ ਕਰ ਸਕਦੇ ਹੋ, ਨੀਚੇ ਸਾਡੇ ਨੰਬਰ ਦਿੱਤੇ ਗਏ ਨੇ। ਥੈਂਕ ਯੂ।